ਸਾਡੇ ਤਰਨ ਤਾਰਨ ਚ ਇੱਕ ਪਿੰਡ ਚ ਗੋਲੀ ਵੀ ਚੱਲੀ ਦੁਬਾਰਾ ਜੀ ਚੱਲੀ ਸੋਲ ਦੇ ਵਿੱਚ ਚੱਲੀ ਜੀ, ਚੁਆਲ ਦੇ ਨੇੜੇ ਇੱਕ ਪਿੰਡ ਹੈ ਸੋਲ, ਸੈਣ ਭਗਤ ਕਹਿ ਦਿੰਦੇ ਜੀ ਇਹਨਾਂ ਨੂੰ, ਉਹ ਸੈਣ ਭਗਤ ਦਾ ਪਿੰਡ ਹੈ ਜੀ। ਸੈਣ ਭਗਤ ਦੇ ਨਾਂ ਨਾਲ ਜਾਣਿਆ ਜਾਂਦਾ ਸੋਲ ਪਿੰਡ। ਹਾਂ, ਤੇ ਉੱਥੇ ਨੁਕਸਾਨ ਬਾਰੇ ਨਹੀਂ ਮੈਨੂੰ ਪਤਾ ਵੀ ਗੋਲੀ ਚ ਕਿੰਨਾ ਨੁਕਸਾਨ ਹੋਗਾ, ਚਲੋ ਮਾਫੀ ਚਾਹੁੰਦਾ ਜੀ ਮੈਂ। ਜ਼ਖਮੀ ਹੋਏ ਮੇਰੇ ਖਿਆਲ ਦੋ ਜਾਂ ਤਿੰਨ ਬੰਦੇ। ਹਾਂਜੀ ਜੀ ਜੀ ਤੇ ਮੈਂ ਦੱਸਦਾ ਜੀ ਗੱਲ ਵੀ ਜਿਸ ਤਰ੍ਹਾਂ ਵੀ ਕੀ ਬਣਿਆ ਇਸ ਇਲੈਕਸ਼ਨ ਦੇ ਵਿੱਚ, ਕੀ ਕੌਣ ਜ਼ਿੰਮੇਵਾਰ ਸੀ, ਆਪ ਵਿਰੋਧੀ ਧਿਰ ਸੀ ਜਾਂ ਸੱਤਾਧਾਰੀ ਸੀ। ਦੇਖੋ ਜਿਹੜੇ ਨੇ ਨਾ ਵਿਰੋਧੀ ਧਿਰ, ਕੋਈ ਵੀ ਵਿਰੋਧੀ ਧਿਰ, ਉਹਨਾਂ ਦਾ ਮਤਲਬ ਹੁੰਦਾ ਵੀ ਸਰਕਾਰ ਦੀ ਨਾਕਾਮੀ ਪੇਸ਼ ਕਰਨੀ ਦੁਨੀਆਂ ਦੇ ਅੱਗੇ ਵੀ ਸਰਕਾਰ ਨਾਕਾਮ ਆ। ਇਹ ਉਹਨਾਂ ਦਾ ਡੈਮੋਕ੍ਰੇਟਿਕ ਹੱਕ ਆ ਵੀ ਉਹ ਨਾਕਾਮੀਆਂ ਨੂੰ ਪੇਸ਼ ਕਰੇ ਜਾਂ ਨਾਕਾਮੀਆਂ ਬਣਾਉਣ, ਨਾਕਾਮੀਆਂ ਵਰਗਾ ਮਾਹੌਲ ਬਣਾਉਣ, ਇਹ ਉਹਨਾਂ ਦਾ ਡੈਮੋਕ੍ਰੇਟਿਕ ਹੱਕ ਆ, ਬਣਾਈ ਜਾਣ। ਸਰਕਾਰ ਦਾ ਫਰਜ਼ ਹੁੰਦਾ ਵੀ ਉਹਨਾਂ ਨੂੰ ਪਛਾੜਦੇ ਹੋਏ ਪ੍ਰਬੰਧਕੀ ਢਾਂਚੇ ਨੂੰ ਮਜ਼ਬੂਤ ਕਰਨਾ, ਲੋਕਾਂ ਨੂੰ ਇਨਸਾਫ਼ ਦੇਣਾ, ਲੋਕਾਂ ਨੂੰ ਬਿਲਕੁਲ ਸਿੱਧੇ ਲਾਈਨ ਤੇ ਰੱਖਣਾ ਵੀ ਤੁਹਾਨੂੰ ਹਰ ਗੱਲ ਜਿਹੜੀ ਹੈ ਨਾ ਸਹੀ ਮੁਹੱਈਆ ਕਰਵਾਈ ਜਾ ਰਹੀ ਹੈ। ਹੁਣ ਮੈਂ ਤੁਹਾਨੂੰ ਦੱਸਦਾ ਮੈਂ ਅੱਗੇ ਇੱਕ ਦਿਨ ਇਸੇ ਸਬਜੈਕਟ ਤੇ। ਦਲਜੀਤ ਸੰਧੂ ਜੀ, ਦਲਜੀਤ ਦਲਜੀਤ ਇੱਕ ਮਿੰਟ ਹੋਲਡ ਕਰਿਓ। ਹਰਮੇਸ਼ ਸਿੰਘ ਹੋਠੀ ਦਾ ਕਮੈਂਟ ਬਹੁਤ ਅੱਛਾ ਕਮੈਂਟ ਆਇਆ ਵਾ YouTube ਦੇ ਉੱਪਰ, Facebook ਤੇ। ਉਹ ਕਹਿ ਰਹੇ ਨੇ ਵੀ ਅੱਗੇ ਤੋਂ ਪਿੰਡਾਂ 'ਚ ਬਾਹਰੋਂ ਦਖਲ ਬੰਦ ਹੋਣਾ ਚਾਹੀਦਾ ਵਾ, ਕੋਈ ਵੀ ਸਰਕਾਰੀ ਜਾਂ ਵਿਰੋਧੀ ਪਿੰਡ ਵਿੱਚ ਪ੍ਰਚਾਰ ਲਈ ਨਹੀਂ ਆਉਣਾ ਚਾਹੀਦਾ, ਆਉਣ ਦੇਣਾ ਚਾਹੀਦਾ, ਇਸ ਤਰ੍ਹਾਂ ਲੜਾਈ ਝਗੜੇ ਬੰਦ ਹੋ ਜਾਣਗੇ। ਤੁਹਾਨੂੰ ਲੱਗਦਾ ਹਰਮੇਸ਼ ਸਿੰਘ ਹੋਠੀ ਦਾ ਜਿਹੜਾ ਸੁਝਾਅ ਆ ਇਹ ਲਾਗੂ ਹੋ ਸਕਦਾ ਵਾ ਜਾਂ ਹੋਣਾ ਚਾਹੀਦਾ? ਨਹੀਂ ਇਹ ਜਿਹੜਾ ਨਾ ਇਹ ਕੰਮ ਮਤਲਬ ਵਾਧੂ ਬਾਹਰੋਂ ਆਉਣ ਵਾਲੀ ਗੱਲ ਆ ਨਾ, ਇਹ ਐਤਕੀ ਵੀ ਪਿੱਛੇ ਵੀ ਆਉਂਦੇ ਰਹੇ, ਹੁਣ ਵੀ ਆਏ ਨੇ, ਅੱਗੇ ਆਉਂਦੇ ਜਾਂ ਨਹੀਂ ਆਉਂਦੇ ਇਹਨਾਂ ਦਾ ਮੈਨੂੰ ਪਤਾ ਨੀਗਾ। ਇਹ ਵੀ ਇੱਕ ਵੱਖਰਾ ਸਬਜੈਕਟ ਆ ਕਿ ਬਾਹਰੋਂ ਲੋਕ ਕਿਉਂ ਮਦਦ ਕਰਨ ਆਉਂਦੇ ਪਿੰਡਾਂ ਦੇ ਵਿੱਚ। ਉਹ ਮਦਦ ਨਹੀਂ, ਹੁੱਲੜਬਾਜ਼ੀ ਕਰਨ ਆਉਂਦੇ ਆ, ਗੋਲੀਬਾਰੀ ਕਰਨ ਆਉਂਦੇ ਆ, ਡਾਂ ਸੋਟਾ ਖੜਕਾਉਣ ਆਉਂਦੇ ਆ, ਆਹ ਗੱਲ ਆ ਬਸ। ਹੋਰ ਕੋਈ ਉੱਥੇ ਮਦਦ ਕਰਕੇ ਬਾਹਰੋਂ ਮੈਂ ਦੂਜੇ ਪਿੰਡ ਚਲ ਜੂ, ਕਿਹਦੀ ਵੋਟ ਪਵਾ ਦੂੰਗਾ ਦੱਸੋ ਜੀ ਮੈਨੂੰ, ਕੋਈ ਮੇਰੇ ਅੱਗੇ ਵੋਟ ਪਾ ਦੂਗਾ? ਨਹੀਂ ਪਾ ਦੂਗਾ। ਰਹੀ ਗੱਲ ਜਿਹੜੀ ਆਪਾਂ ਕਰ ਰਹੇ ਹਾਂ ਵੀ ਕੀ ਲੋਕ ਇੱਥੇ ਹੋਇਆ ਕੀ, ਵੀ ਸਾਡੇ ਜਿਹੜਾ ਮੈਂ ਸਾਡੇ ਜ਼ਿਲ੍ਹੇ ਦੀ ਗੱਲ ਕਰਦਾ ਹੈ ਵੀ ਮੈਂ 2009 ਚ ਤੁਹਾਨੂੰ ਲੈ ਚੱਲਦਾ ਵੀ 2009 ਦੇ ਵਿੱਚ ਅਕਾਲੀ ਸਰਕਾਰ ਸੀ ਤਾਂ ਉਦੋਂ ਨਾ ਵਾਰਡ ਬੰਦੀ ਦੀ ਇਲੈਕਸ਼ਨ ਲੱਗੀ ਵੀ ਵਾਰਡ ਬੰਦੀ ਨਾਲ ਪਹਿਲਾਂ ਵਾਰਡ ਬੰਦੀ ਨਾਲ ਮੈਂਬਰ ਬਣਨੇ ਆ ਫਿਰ ਸਰਪੰਚ ਚੁਣੇ ਜਾਣੇ ਤੇ ਵਾਰਡ ਬੰਦੀ ਸਰਕਾਰ ਨੇ ਬਣਾ ਦਿੱਤੀ ਪਰ ਵਾਰਡ ਬੰਦੀ ਦੀ ਵੋਟਿੰਗ ਨਾ ਵੱਖਰੀ ਵੱਖਰੀ ਕੀਤੀ ਤੇ ਹੋਇਆ ਕੀ ਵੀ ਸਰਕਾਰ ਨੇ ਧਾਂਦਲੀ ਕਰਕੇ ਨਾ ਕਿਸੇ ਨੂੰ ਰਿਜ਼ਰਵੇਸ਼ਨ ਚ ਪਾ ਦਿੱਤਾ, ਕਿਸੇ ਨੂੰ ਜਨਰਲ ਚ ਪਾ ਦਿੱਤਾ ਤੇ ਜੋ ਉੱਥੇ ਰੌਲਾ ਹੇਰਾਫੇਰੀ ਦੀ ਹੋ ਗਈ ਸਾਰੇ ਵਿਰੋਧੀ ਧਿਰ ਨਾਲ ਤੇ ਵਿਰੋਧੀ ਧਿਰ ਨੇ ਸਾਡੇ ਸਾਬਕਾ ਵਿਧਾਇਕ ਨੇ ਤੇ ਪੱਟੀ ਦੇ ਸਾਬਕਾ ਵਿਧਾਇਕ ਨੇ ਡੀਸੀ ਤਰਨ ਤਾਰਨ ਬੂਹੇ ਦੇ ਅੱਗੇ ਧਰਨਾ ਦੇ ਦਿੱਤਾ ਤੇ ਮੈਂ ਧਰਨੇ ਦੇ ਵਿੱਚ ਮੌਜੂਦ ਸੀ ਤੇ ਜਦੋਂ ਮੈਂ ਮੈਮੋਰੈਂਡਮ ਦੇਣ ਵਾਸਤੇ ਅੰਦਰ ਜਾਣਾ ਸੀ ਤੇ ਮੈਂ ਵੀ ਕੁਦਰਤੀ ਨਾਲ ਹੀ ਚਲੇ ਗਿਆ, ਚਲੋ ਨਾਲ ਹੀ ਚੱਲਦੇ ਮੈਮੋਰੈਂਡਮ ਦੇ ਤੇ IAS ਅਫਸਰ ਨੇ ਆਪਣੇ ਪੰਜਾਬ ਕੈਡਰ ਦੇ ਸੀਨੀਅਰ ਅਫਸਰ ਉਦੋਂ ਡੀਸੀ ਲੱਗੇ ਸਨ, ਮੈਂ ਹੁਣ ਨਾ ਲਊਂਗਾ ਤੇ ਨਹੀਂ ਲੈਣਾ ਮੈਂ ਤੇ ਉਹਨਾਂ ਨੇ ਨਾ ਮੇਰੇ ਸਾਹਮਣੇ ਵਿਰੋਧੀ ਧਿਰ ਦੇ ਦੋ ਸਾਬਕਾ ਵਿਧਾਇਕਾਂ ਨੂੰ ਇਹ ਕਿਹਾ ਵੀ ਤੁਸੀਂ ਕਿਉਂ ਖਰਾਬ ਟਾਈਮ ਲੋਕਾਂ ਦਾ ਕਰ ਰਹੇ ਹੋ, ਜੇ ਮੈਂ ਥੱਲੇ ਰਿਪੋਰਟ ਭੇਜੂੰਗਾ ਤੇ ਰਿਪੋਰਟ ਤੁਹਾਡੇ ਉਲਟੀ ਆਉਣੀ ਆ, ਨਾ ਲੋਕਾਂ ਦਾ ਟਾਈਮ ਖਰਾਬ ਕਰੋ ਨਾ ਧਰਨਾ ਦਿਓ, ਇਹ ਜੋ ਕੁਛ ਹੋ ਗਿਆ ਸੋ ਹੋ ਗਿਆ। ਹੁਣ ਤੁਸੀਂ ਆਹ ਹਾਈ ਕੋਰਟ ਦੀ ਵੇਖ ਲਓ, ਹਾਈ ਕੋਰਟ ਚ ਕਿੰਨੀਆਂ ਪਟੀਸ਼ਨਾਂ ਪਈਆਂ, ਟਿਕੀਆਂ ਜੀ ਆਲਮੋਸਟ 1000 ਪਟੀਸ਼ਨਾਂ ਪਈਆਂ। ਤੇ ਕਿਹੜੀ ਟਿਕੀ ਆ ਜੀ? ਜੋ ਸਰਕਾਰ ਨੇ ਆਰੋ ਲਾਤਿਆਂ ਨੂੰ ਉਹ ਤਰੀਕੇ ਹੀ ਇਸ ਨਾਲ ਗੜਬੜੀ ਕਰਦੇ ਆ ਵੀ ਉਹਨਾਂ ਨੂੰ ਵਕੀਲ ਵੀ ਨੀ ਲੱਭ ਸਕਦੇ, ਕਲਕੂਲੇ ਦਿਮਾਗ ਨਾਲ ਗੜਬੜੀ ਕਰਦੇ ਆ ਵਿਰੋਧੀਆਂ ਦੇ ਕਾਗਜ਼ਾਂ ਨਾਲ ਜਾਂ ਵਿਰੋਧੀਆਂ ਦੇ ਸਿਸਟਮ ਨਾਲ। ਮੈਂ ਤਾਂ ਇੱਕ ਗੱਲ ਸਮਝਦਾ, ਜੇ ਮੈਂ ਸਮੁੱਚੀ ਗੱਲ ਕਰਾਂ, ਪੰਜਾਬ ਦੇ ਵਿੱਚ ਦੋ ਇਲੈਕਸ਼ਨ ਬਿਲਕੁਲ ਨਿਰਪੱਖ ਹੁੰਦੇ ਆ, ਇੱਕ ਲੋਕ ਸਭਾ ਇੱਕ ਵਿਧਾਨ ਸਭਾ, ਵਰਨਾ ਕੋਈ ਇਲੈਕਸ਼ਨ ਹੋਵੇ MC ਦਾ ਹੋਵੇ, ਕਾਰਪੋਰੇਸ਼ਨ ਦਾ ਹੋਵੇ, ਪੰਚਾਇਤ ਦਾ ਹੋਵੇ, ਸੁਸਾਇਟੀਆਂ ਦਾ ਹੋਵੇ, ਕੋਈ ਵੀ ਹੋਵੇ, ਉਹ ਜਿਹੜੀ ਸਰਕਾਰ ਆ ਨਾ ਉਹਦਾ ਹੀ ਹੁੰਦਾ ਵਾ, ਭਾਵੇਂ ਦੂਜੇ ਕਰਨ ਭਾਵੇਂ ਨਾ ਕਰਨ, ਮੈਂ ਤਾਂ ਨਾ ਵੀ ਕਰਾਉਣੇ ਨੀ ਚਾਹੀਦੇ, ਉਦਾਂ ਹੀ ਨੋਮੀਨੇਟ ਕਰ ਦੇਣੇ ਚਾਹੀਦੇ। ਜਾਂ 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 ਦਲਜੀਤ ਸੰਧੂ ਜੀ, ਇਹ ਇਲੈਕਸ਼ਨਾਂ ਵੀ ਪੰਚਾਇਤੀ ਇਲੈਕਸ਼ਨਾਂ ਤੇ ਮਿਊਨਿਸਪੈਲਿਟੀ ਦੇ ਇਲੈਕਸ਼ਨਾਂ ਵੀ ਚੋਣ ਕਮਿਸ਼ਨ, ਭਾਰਤੀ ਚੋਣ ਕਮਿਸ਼ਨ ਹੀ ਕਰਾਵੇ, ਉਹਦੇ ਨਾਲ ਬਿਹਤਰੀ ਹੋ ਸਕਦੀ ਹੈ ਜੀ? ਉਹ ਇਹ ਹੋ ਸਕਦੀ ਹੈ ਜੀ, ਉਹ ਫਿਰ ਕੇਂਦਰੀ ਸਿਸਟਮ ਦੇ ਅਧੀਨ ਕਰਾਵੇ, ਪੰਜਾਬ ਸਰਕਾਰ ਦੇ ਅਫਸਰ ਨਾਲ ਲੱਗਣ, ਫਿਰ ਹੋ ਸਕਦੀ ਹੈ ਕੇਂਦਰੀ ਪੂਲ ਦੇ ਸਾਰੇ ਸਿਕਿਉਰਿਟੀ ਹੋਵੇ, ਕੇਂਦਰੀ ਪੂਲ ਦੇ ਅਫਸਰ ਕਾਗਜ਼ ਚੈੱਕ ਕਰਦੇ ਹਨ, ਪੰਜਾਬ ਦਾ ਸਿਸਟਮ ਜਿਹੜਾ ਨਾ MLA ਜਾਂ ਵਿਧਾਨਕਾਰ ਜਾਂ ਮਿਨਿਸਟਰ ਜਿਹੜੇ ਕੈਬਨਿਟ ਦੇ ਆ ਉਹਨਾਂ ਦੀ ਦਖਲ ਅੰਦਾਜ਼ੀ ਬੰਦ ਹੋ ਜੇ, ਫਿਰ ਕੁਝ ਫਰਕ ਪੈ ਸਕਦਾ, ਪਰ ਬਿਲਕੁਲ ਨਹੀਂ, ਬਿਲਕੁਲ ਡਰਾਮੇਬਾਜ਼ੀ। ਮਿਹਰਬਾਨੀ, ਬਹੁਤ ਅੱਛੇ ਸੁਝਾਅ, ਬਹੁਤ ਅੱਛੀ ਕਨਵਰਸੇਸ਼ਨ ਦਲਜੀਤ ਸੰਧੂ ਨਾਲ ਹੋਈ। ਉਹ ਵੀ ਫੀਲ ਕਰਦੇ ਨੇ ਕਿ ਚੋਣ ਕਮਿਸ਼ਨ, ਭਾਰਤੀ ਚੋਣ ਕਮਿਸ਼ਨ ਨੇ ਚੋਣਾਂ ਕਰਾਵੇ ਤੇ ਕੁਝ ਬਿਹਤਰੀ ਹੋ ਸਕਦੀ ਹੈ।